एक छे 44 ਦੇ ਧਰਮਕੋਟ ਕਸਬੇ ਦੇ ਵਿੱਚ ਅੱਜ ਇੱਕ ਘਟਨਾ ਵਾਪਰੀ ਸੀ ਜਿਹਦੇ ਵਿੱਚ ਇੱਕ ਕੈਮਿਸਟ ਕੰਮ ਜਿਹੜਾ ਇਹ ਏਜੰਟ ਵਗੈਰਾ ਦਾ ਵੀ ਕੰਮ ਕਰਦਾ ਲੋਕਾਂ ਨੂੰ ਬਾਹਰ ਬੁਰ ਭੇਜਣ ਦਾ ਸੋ ਇਹਨੂੰ ਅੱਜ ਕਿਡਨੈਪ ਕੀਤਾ ਗਿਆ ਇਹ ਸਰਦੀਪ ਸਿੰਘ ਸਨ ਆਫ ਸੋਹਣ ਸਿੰਘ ਨੂੰ ਸੋ ਇਹਦੇ ਵਿੱਚ ਜਿਹੜਾ ਇਹ ਘਟਨਾ ਸੀ ਇਹਦੇ ਅਸੀਂ 4 ਘੰਟਿਆਂ ਦੇ ਵਿੱਚ ਵਿੱਚ ਇਹਨੂੰ ਅਸੀਂ ਕ੍ਰੈਕ ਕਰ ਲਿਆ ਇਹਦੇ ਲਈ ਅਸੀਂ ਸੀਸੀਟੀਵੀ ਫੁਟੇਜ ਦਾ ਵੀ ਬਹੁਤ ਸਹਾਰਾ ਲਿਆ ਔਰ ਇਹਦੇ ਵਿੱਚ ਸਾਡੇ PCR ਦੀ ਮਸਟੈਟਿੰਗ ਉਹ ਵੀ ਕੰਮ ਆਈ ਜਦੋਂ ਕਿ ਸਾਡਾ ਇੱਕ PCR ਦਾ ਜਵਾਨ ਜਿਹੜਾ ਕਿ ਆਪਦੀ ਡਿਊਟੀ ਖਤਮ ਕਰਕੇ ਜਾ ਰਿਹਾ ਸੀ ਉਹਨੇ ਇਸ ਗੱਡੀ ਨੂੰ ਇਹਨਾਂ ਬੰਦਿਆਂ ਨੂੰ ਇਹਨਾਂ ਨੂੰ ਜਿਹੜੇ ਇਹ ਲੁਟੇਰੇ ਸੀਗੇ ਜਿਹੜੇ ਕਿਡਨੈਪਰ ਸੀਗੇ ਇਹਨਾਂ ਨੂੰ ਇਹਨਾਂ ਨੇ ਦੇਖ ਲਿਆ ਔਰ ਉਹਨੇ ਉਸੇ ਵੇਲੇ ਇਹਨਾਂ ਚਕੰਨਾ ਸੀਗਾ ਜਿਹਦੇ ਵਿੱਚ ਸਾਡੇ ਕੰਟਰੋਲ ਰੂਮ ਨੇ ਇਮੀਡੀਏਟਲੀ ਸਾਰੀ ਥਾਂ ਇਨਫੋਰਮੇਸ਼ਨ ਦਿੱਤੀ ਹੋਈ ਸੀ ਉਹਦੀ ਸਾਨੂੰ ਪਤਾ ਲੱਗ ਗਿਆ ਵੀ ਕਿਸ ਸਾਈਡ ਵਾਸਤੇ ਇਹ ਭੱਜੇ ਨੇ ਉਹਨਾਂ ਦਾ ਰੂਟ ਸਾਨੂੰ ਕਨਫਰਮ ਹੋ ਗਿਆ ਜਦੋਂ ਸਾਡੇ ਮੁਲਾਜ਼ਮ ਨੇ ਵੇਖ ਲਿਆ ਤਾਂ ਮੋਗਾ ਪੁਲਿਸ ਨੇ ਪੂਰੀ ਫੁਰਤੀ ਵਿਖਾਈ ਫਿਰ ਪੂਰੀ ਮਸਤੈਤੀ ਵਿਖਾਉਂਦੇ ਸਾਰੇ ਅਫਸਰ ਔਰ ਇਹਨਾਂ ਦੀਆਂ ਅਸੀਂ ਜੋ ਵੀ ਇਹਨਾਂ ਦੀਆਂ ਲੋਕੇਸ਼ਨਾਂ ਵਗੈਰਾ ਸੀ ਇਹਨਾਂ ਦੇ ਮੋਬਾਈਲਸ ਦੀਆਂ ਔਰ ਹੋਰ ਜਿੰਨੇ ਸਾਡੇ ਨਾਕੇ ਸੀ ਇਹਨਾਂ ਨੂੰ ਅਸੀਂ ਇੰਟਰਸੈਪਟ ਕੀਤਾ ਔਰ ਇਹਨਾਂ ਕੋਲ ਜਿਹੜਾ ਬੰਦਾ ਇਹਨਾਂ ਨੇ ਕਿਡਨੈਪ ਕੀਤਾ ਸੀਗਾ ਸੁਖਦੇਵ ਸਿੰਘ ਉਹਨੂੰ ਜਿਹੜਾ ਅਸੀਂ ਮਤਲਬ ਬਿਲਕੁਲ ਬਿਨਾਂ ਕਿਸੇ ਇੰਜਰੀ ਦੇ ਉਹਨੂੰ ਛਡਾ ਲਿਆ ਅਤੇ ਇਹਨਾਂ ਕੋਲੋਂ 2 ਅਸਲੇ ਰਿਕਵਰ ਕੀਤੇ ਇੱਕ 32 ਬੋਰ ਦਾ ਰਿਵੋਲਵਰ ਅਤੇ ਇੱਕ ਪਿਸਟਲ ਜਿਹੜੇ ਕਿ ਵਾਰਦਾਤ ਸਮੇਂ ਇਹਨਾਂ ਨੇ ਇਸਤੇਮਾਲ ਕੀਤਾ ਸੀਗਾ 32 ਬੋਰ ਦਾ ਪਿਸਟਲ ਉਹ ਵੀ ਮਿਲ ਗਿਆ ਔਰ ਜਿੰਨਾ ਇਹਨਾਂ ਨੇ ਉਹਦੇ ਕੋਲ ਪੈਸਾ ਖੋਇਆ ਸੀਗਾ ਲੁੱਟਿਆ ਸੀਗਾ 4,20,000 ਗੋਲਡ ਦੀਆਂ 3 ਰਿੰਗਸ ਸੀਗੀਆਂ ਇੱਕ ਗੋਲਡ ਚੇਨ ਸੀਗੀ ਇੱਕ ਬ੍ਰੈਸਲੈਟ ਸੀਗਾ ਗੋਲਡ ਦਾ ਉਹ ਸਾਰਾ ਜਿੰਨਾ ਵੀ ਇਹਦਾ ਸਮਾਨ ਸੀਗਾ ਸੁਖਦੇਵ ਸਿੰਘ ਦਾ ਅਸੀਂ ਰਿਕਵਰ ਕਰ ਲਿਆ ਇਹਦੇ 'ਚ ਜਿਹੜੇ ਦੋਸ਼ੀ ਦੋਵੇਂ ਗ੍ਰਿਫਤਾਰ ਕੀਤੇ ਗਏ ਇਹ ਸੁਖਪ੍ਰੀਤ ਸਿੰਘ ਸੁੱਖਾ ਸਨ ਆਫ ਜਗਜੀਤ ਸਿੰਘ ਇਹ ਧੌਲਾ ਪਿੰਡ ਪੈਂਦਾ PS ਰੋਡੇ ਕੇ ਕਲਾਂ ਜ਼ਿਲ੍ਹਾ ਬਰਨਾਲਾ 'ਚ ਤਾਂ ਦੂਜਾ ਜਿਹੜਾ ਹੈਗਾ ਵਾ ਬੋਲ ਸਿੰਘ ਐਸ ਪੈਬੀ ਇਹ ਕਬੱਡੀ ਕਬੱਡੀ ਦਾ ਪਲੇਅਰ ਵੀ ਹੈਗਾ ਲੰਡੇ ਪਿੰਡ ਆ ਸਮਾਲਸਰ ਥਾਣੇ 'ਚ ਸੋ ਇਹਨੂੰ ਵੀ ਅਰੈਸਟ ਕੀਤਾ ਔਰ ਸਾਰੀ ਰਿਕਵਰੀ ਵੀ ਹੋ ਗਈ ਆ ਔਰ ਉਹ ਬੰਦੇ ਨੂੰ ਵੀ ਜਿਹੜਾ ਕਿਡਨੈਪ ਹੋਇਆ ਸੀ ਸੁਖਦੇਵ ਸਿੰਘ ਉਹਨੂੰ ਵੀ ਅਸੀਂ ਜਿਹੜਾ ਹੈਗਾ ਸੇਫਲੀ ਰੈਸਕਿਊ ਕਰ ਵਜ੍ਹਾ ਰੰਜਿਸ਼ ਕੀ ਸੀ ਸਰ ਵਜ੍ਹਾ ਰੰਜਿਸ਼ ਇਹ ਸੀ ਇਹ ਪੈਸੇ ਲੁੱਟਣਾ ਚਾਹੁੰਦੇ ਸੀਗੇ ਇਹ ਲਾਲਚੀ ਸੀਗੇ ਜਿਹੜਾ ਸੁਖਪ੍ਰੀਤ ਸਿੰਘ ਸੁੱਖਾ ਇਹ ਪੁਰਾਣਾ ਕ੍ਰਿਮੀਨਲ ਔਰ ਇਹਦੇ ਖਿਲਾਫ 6 ਮੁਕੱਦਮੇ ਦਰਜ ਨੇ ਤੇ ਔਰ ਇਹ ਜ਼ਮਾਨਤਾਂ 'ਤੇ ਆ ਅਤੇ ਇਹਨਾਂ ਮੁਕੱਦਮੇ ਜਿਹੜੇ ਹੈਗੇ ਕੋਰਟ 'ਚ ਇਹਨਾਂ ਦਾ ਟ੍ਰਾਇਲ ਚੱਲ ਰਿਹਾ ਸਰ ਬਰਨਾਲੇ ਤੋਂ ਧਰਮਕੋਟ ਆ ਕੇ ਹੀ ਵਾਰਦਾਤ ਕਰਨ ਦਾ ਕਿਵੇਂ ਸੋਚਿਆ ਸਰ ਕੋਈ ਇਹ ਬਰਨਾਲੇ ਦਾ ਰਹਿਣ ਵਾਲਾ ਪਰ ਪਿਛਲੇ 3-4 ਮਹੀਨਿਆਂ ਤੋਂ ਇਹ ਬਾਗੇ ਪੁਰਾਣੇ ਸ਼ਿਫਟ ਹੋਇਆ ਬਾਗੇ ਪੁਰਾਣੇ ਇਹਦੇ ਨਾਨਕੇ ਇਹਦਾ ਮਾਮਾ ਰਹਿੰਦਾ ਉੱਥੇ ਇਹ ਰਹਿ ਰਿਹਾ ਸੀ ਉੱਥੋਂ ਹੀ ਇਹਦੀ ਜਿਹੜੀ ਆ ਬੋਲ ਸਿੰਘ ਜਿਹੜਾ ਡੈਬੀ ਇਹਦੇ ਨਾਲ ਇਹਦੀ ਯਾਰੀ ਪੈ ਗਈ ਉੱਥੋਂ ਹੀ ਇਹਨਾਂ ਨੇ ਆਪਸ 'ਚ ਜਿਹੜਾ ਹੈਗਾ ਕਿਉਂਕਿ ਪੁਰਾਣਾ ਕ੍ਰਿਮੀਨਲ ਮਾਇੰਡ ਸੀਗਾ ਨਾਲ ਇਹਨੇ ਇਹਨੂੰ ਰਲਾ ਲਿਆ ਇਹਨਾਂ ਨੇ ਪਹਿਲਾਂ ਰੈਕੀ ਵੀ ਕੀਤੀ ਹੈ ਇਹਦੀ ਜਿਹੜਾ ਆਪਣਾ ਕੈਮਿਸਟ ਆ ਜਿਹੜਾ ਏਜੰਟ ਆ ਇਹ ਸੁਖਦੇਵ ਸਿੰਘ ਟਾਰਗੇਟ ਕਿਉਂ ਕੀਤਾ ਗਿਆ ਸਰ ਇਹਨਾਂ ਨੂੰ ਇਹ ਪਤਾ ਸੀਗਾ ਵੀ ਇਹ ਬੰਦਾ ਮਤਲਬ ਕੁਛ ਮਨੀ ਚੇਂਜਰ ਦਾ ਵੀ ਕੰਮ ਕਰਦਾ ਔਰ ਇਹਦੇ ਕੋਲ ਕੈਸ਼ ਵਗੈਰਾ ਜਿਹੜਾ ਵਾ ਉਹਦੇ ਕੋਲ ਮੌਜੂਦ ਹੁੰਦਾ ਤਾਂ ਇਸ ਕਰਕੇ ਇਹਨਾਂ ਨੇ ਇਹਨੂੰ ਟਾਰਗੇਟ ਕੀਤਾ ਅਤੇ ਨਾਲੇ ਇਹਨਾਂ ਨੇ ਇਸ ਕਰਕੇ ਟਾਰਗੇਟ ਕੀਤਾ ਕਿਉਂਕਿ ਬਾਗੇ ਪੁਰਾਣੇ ਰਹਿਣ ਵਾਲੇ ਸੀਗੇ ਇਹ ਜਦੋਂ ਉਹਦਾ ਵੀ ਟਾਈਮ ਤੋਂ ਪਹਿਲਾਂ ਸੀਗਾ ਮਤਲਬ ਆਮ ਜਦੋਂ ਦੁਕਾਨਾਂ ਬੰਦ ਹੁੰਦੀਆਂ ਉਦੋਂ ਇਹ ਆਪਦੀ ਦੁਕਾਨ ਖੋਲ੍ਹਦਾ ਸੀਗਾ ਫੋਰ ਇਸ ਕਰਕੇ ਈਜ਼ੀ ਟਾਰਗੇਟ ਸੀਗਾ ਵੀ ਉਦੋਂ ਰਸ਼ ਵਗੈਰਾ ਨਹੀਂ ਹੁੰਦਾ ਅਤੇ ਇਹਨੂੰ ਵਾਰਦਾਤ ਨੂੰ ਅਸੀਂ ਈਜ਼ੀਲੀ ਅੰਜਾਮ ਦੇ ਸਕਦੇ ਹਾਂ ਨਾਲ ਇਹਨਾਂ ਕੋਲ ਜਿਹੜੇ ਹੈਗੇ ਵੀ ਇਹਦੇ ਕੋਲ ਪੈਸੇ ਵਗੈਰਾ ਨਗਦੀਆਂ ਛਾਪਾਂ ਛੂਪਾਂ ਗੋਲਡ ਬ੍ਰੈਸਲੈਟ ਅਤੇ ਗੋਲਡ ਦਾ ਸਮਾਨ ਸਮੂਨ ਪਾਉਣ ਦਾ ਜਿਹੜਾ ਹੈਗਾ ਥੋੜ੍ਹਾ ਫਲੈਸ਼ੀ ਟਾਈਪ ਆਦਮੀ ਸੀ ਜਿਹੜਾ ਵਿਜੀਬਲੀ ਵੀ ਸੋਨਾ ਸਾਨਾ ਜ਼ਿਆਦਾ ਪਾਉਂਦਾ ਸੀ ਇਸ ਕਰਕੇ ਇਹਨਾਂ ਦੀਆਂ ਅੱਖਾਂ 'ਚ ਵੀ ਜਲਦੀ ਆ ਗਏ ਸਰ ਕਾਨੂੰਨ ਵਿਵਸਥਾ 'ਤੇ ਸਵਾਲ ਉੱਠਦੇ ਆਏ ਆ ਕਾਫੀ ਵਾਰਦਾਤਾਂ ਜਿਹੜੀਆਂ ਹੋਈਆਂ ਪਿਛਲੇ ਹਫ਼ਤੇ 'ਚ 5 ਵਾਰਦਾਤਾਂ ਹੋ ਚੁੱਕੀਆਂ ਸਰ ਬੁੱਟਰ ਵੀ ਇੱਕ ਵਾਰਦਾਤ ਹੋਈ ਫਾਇਰਿੰਗ ਹੋਈ ਹੈ ਸਰ ਉਸ ਤੋਂ ਪਹਿਲਾਂ ਸ਼ੋਰੂਮ ਮਾਲਿਕ ਦੀ ਹੱਤਿਆ ਹੋਈ ਹੈ ਸਰ ਉਸ 'ਤੇ ਕੋਈ ਧਰਮਕੋਟ ਸਰ ਇੱਕ ਹੋਇਆ ਮਾਮਲਾ ਕੱਲ੍ਹ ਜਿਹੜੇ ਪੁਲਿਸ ਉਹਨੇ ਆ ਕੇ ਮਾਰਿਆ ਜੀ 4 ਜਣੇ ਉਹਦੇ ਸੰਬੰਧਿਤ ਸਰ ਕੁਛ ਰਿਕਵਰੀ ਹੋਈ ਹੋਵੇ ਜਿਹੜਾ ਬਦਨੀ ਜਿਹੜਾ ਬੁੱਟਰ ਕਲਾਂ ਵਾਲੀ ਵਾਰਦਾਤ ਆ ਉਹ ਆਪਸੀ ਦੁਸ਼ਮਣੀ ਦੀ ਵਾਰਦਾਤ ਆ ਇੱਕ ਜੌਨ ਬੁੱਟਰ ਨਾਂ ਦਾ ਗੈਂਗਸਟਰ ਆ ਕਈ ਵਾਰਦਾਤਾਂ 'ਚ ਲੜੀਂਦਾ ਵੀ ਆ ਕਿੰਨੀਆਂ 'ਚ PO ਵਗੈਰਾ ਹੈਗਾ ਹੈ ਮਤਲਬ ਬੇਘਰਾ ਜਿਹਾ ਆਦਮੀ ਆ ਨਾ ਇਹਦੇ ਕੁਛ ਅੱਗੇ ਨਾ ਪਿੱਛੇ ਵੀ ਨਹੀਂ ਕੁਛ ਹੈਗਾ ਉਸ ਪਿੰਡ ਦੇ ਸਾਬਕਾ ਸਰਪੰਚ ਸ਼ਿੰਦਰ ਦੇ ਨਾਲ ਇਹਦੀ ਪੁਰਾਣੀ ਦੁਸ਼ਮਣੀ ਤੁਰੀ ਆਉਂਦੀ ਆ ਔਰ ਉਸ ਨੂੰ ਹੀ ਟਿਕਾਣੇ ਲਾਉਣ ਲਈ ਇਹਨੇ ਵਾਰਦਾਤ ਜਿਹੜੀ ਆ
की गोलियां चलाइया। ये निजी दुश्मनी का एक पुराना है क्योंकि ये भी उस पिंड जवान जरा भी नव जिन्हों छोटा ना जरा नवी भी कह देंगे नवजोत लास नवी ये भी उस पिंड का ही है तो पुराना भगौड़ा है। बाकी ये तक भी असं जल्दी पहुँच जाएंगे कोई एड्डी वड्डी साड़ी मतलब पकड़ तो दूर नहीं है पर इस जी सारी इन असं सुलझा लिया जो भी इस वारदात जिदा जिदा वारदात वापरी। ये गुरदीप सिंह लैस गिरी तो हरदीप सिंह लैस निक्की ये दो मुंडे आ इस पिंड जिहड़े कि जॉब के नाल अपना जिहड़ा मसेंजर कॉल हुंदी है उहदे ते इहदे नाल इन टच रहिंदे सीगे इहनूं पिंड दीआं सारीआं खबरां दसदे सीगे। जिहड़ा शंदर सरपंच आ साबका उहदा जिहड़ा नाल हैगा उहदा मतलब क्लोज रिलेटिव या भतीजे समझदा आपणा उहनूं उह मिट्टी पा रहे आ उत्थे उहनां नूं गुरद्वारा साहब बण रिहा। सो इन्हां दोवां ने उहदी रैकी कीती उहनां ने जॉन नूं दस्सिआ इक दिन पहलां वारदात नूं अंजाम देण तों पहलां उहनां दी मोटर ते भी गुरदीप दी मोटर ते भी जॉन पुटर आ के इहनां नूं मिल के गिआ। सो इन्हां ने रैकी कराई ते उहने फिर इस वारदात नूं अंजाम दित्ता बट उहदे विच जिहड़ा हैगा वा भी कोई जानी नुकसान नहीं होया। एक मुंडा उहदे विच इंजर्ड होया सीगा इह जिहड़े दोवें बंदे असीं फड़ लए आ इन्हां ने इस वारदात बारे साढ़े को सारा जिहड़ा वा इंकशाफ कर लिया और ये इनू वह भी मतलब असी जॉन जड़ा है जिन्हों आप नवी कहने वो भी असी मगर पूरी मस्तैती लगे हुए हैं और जल्द ही सानू आस आ भी असी इन काबू कर धर्मकोट सुपर शाइन का मामला सर अजे तक ट्रेस नहीं होया। एक धर्मकोट रजीव बजाज की दुकान से भी कुछ हमलावर ने हमला किया कुछ लुट के लगे थे जोड़ा रजीव बजाज है वैसटर्न यूनियन का ये काम करता मनी चेंजर हैगा ये और ये वारदात जिहड़ा इन्हों अंजाम दिता वो दो मोबाइल वो शाप वगैरह जी खो के लै गए थे जिहड़ा इस केस में असीं टोटल क्रैक कर लिया कि कौन ये मुलजम सीगे ये अमरजीत सिंह अलैस अंबू सोनू सन अवदयाल सिंह शेरेवाला पी एस सिद्धवा बेट तरनवीर सिंह अलैस ज्ञानी ये सन ऑफ बलविंदर सिंह एक कन्निया खुरद पी एस धर्मकोट का एक जॉबन एक बब्बू बुटरा गट्टी जट्टा का ये जेडे पंजे बंदे आ क्योंकि वारदात जी दो मोटरसाइकलों पर आए थे और ये बंदे बिल्कुल क्लीयर आ असी ये बंदे सारे साढ़े को इन्हों के खिलाफ एविडेंस पूरी आ गई है असी इन दे जी हैगी सी सी टी फुटेज उन्होंने भी वो फोरेंसिक एनालिसिस किए जिथों इन्हों तस्वीर सानू बिल्कुल क्लीयर हो गई उस तो भी अगे चलते चलते जो असी इन बंद रेड किए तो घरों सानू भजे हुए पता लगे ये है पुराने क्रिमिनल ने और थोड़े एक दिन पहला ही जमानत पर भी आए थे दो जने इन चो सो इन्हों भी क्रिमिनल बैकग्राउंड उन्हें और जड़िया तस्वीर उन्होंने असी होर चंगे आई टी एक्सपर्ट्स की मदद के नाल क्लीयर करने कामयाब होए हैं। ये चारे पंजे बंदे असी जे इस मुकदमे के नामजद कर ले डिफरेंट डिफरेंट पार्टियां बना के होर जिहड़े भी साढ़े खुफिया इंटैलीजेंस के तौर पर जो साडा विंग हैगा स्पैशल ब्रांच वो भी इस काम से लगा है इन्हों असी जल्द गिरफ़्तार कर लेंगे। मोगे जिले च हुई पिछलिया दिनों हुई जहम चार वारदात से उस मोगा पुलिस ने तीन वारदात जीडिया ट्रेस कर लिया जिहड़ा एक वारदात अपनी जी शाइन सुपर शाइन वाली ये जी वारदात ये असं बहुत नेड़े पहुँचे हुए हैं बड़ा असी ये काम वर्क कर लिया सानू सब पता लग गया भी कितों एक कॉल आई है कितों रैनसम कॉल किनू आई है किधर जा रही है। सो वी हैव वर्कड ऑन इट वेरी वेल तो असी वो भी दिन दूर ने जो आ सुखा सखा जरा लंबे लुमे वीडियो वूडियो जरा इन्हें पाई पोस्ट पास्ट इनू असं छेती फड़ लाँगे कोई ये घबराने वाली गल नहीं हैगी और असी लोगों को मतलब मैं आश्वासन दवा कि मोगा पुलिस पूरी सतर्क आई जान माल की राखी लिए असी आपका दिन रात एक किया हो साड़ी ड्यूटी है एंड वी आर ड्यूटी बाउंड अं पूरी ईमानदारी सतर्क रह के आपकी ड्यूटी कर रहे हैं और जोड़ा ये वारदात वाला हैगा वा इन्हों भी ਜਿਹੜਾ ਅਸੀਂ ਜਲਦੀ ਗ੍ਰਿਫਤਾਰ ਕਰਕੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਾਂਗੇ। ਸਰ ਕੁਝ ਨਾਮੀ ਬੰਦਿਆਂ ਨੂੰ ਵੀ ਧਮਕੀਆਂ ਜਾ ਰਹੀਆਂ ਸੁੱਖਾ ਲੰਮੇ ਵੱਲੋਂ ਕੁਝ ਇਦਾਂ ਤੁਹਾਡੇ ਨੋਟਿਸ 'ਚ ਆਇਆ ਹੋਵੇ ਸਰ? ਇੱਕ ਦੋ ਜਗ੍ਹਾ 'ਤੇ ਸਾਨੂੰ ਪਤਾ ਹੀ ਸੀਗਾ ਵੀ ਇਹ ਇੱਕ ਦੋ ਜਗ੍ਹਾ 'ਤੇ ਇਹੋ ਜਿਹੀ ਸ਼ਰਾਰਤ ਕਰਨਗੇ ਜਿਹੜੀ ਇਹਨਾਂ ਨੇ ਕੀਤੀ ਵੀ
सिर्फ इन्होंने मोगे में नहीं एक दो कॉल्स कीतियां, इन्होंने बाहर भी कई डिस्ट्रिक्ट आ उन्होंने भी कीतियां, भी सानू पता। सो एक ठग जे बंदे आ कोई बहुत वड्डे एडे एडे भी ये भलवान नहीं है, एडे भी ये मतलब इन्हें भी दलेर नहीं है कि जो मर्जी करी जाए, और असं इन्हों जोड़ा है वा आ चूहे जो वड़ जाते बिल च इन्हों जल्दी फड़ लेना, और इन्हों जो करतूत वा जो कुछ है सारा कुछ लोगों के सामने आ जाऊगा, नथिंग टू वरी। सर बड़े क्लोज हैं, लोगों काफ़ी सहम का माहौल है, काफ़ी रूमर्स है कि लोगों को कॉल्स काफ़ी आ रही हैं एक्सट्रैशन मनी की। वेखो ये जड़िया जिते भी किसी को कॉल आई मैं तो यो प्रो अपील करूँगा वो सानू इमीडिएटली रिपोर्ट कर ता कि असी वर्क करिए। अजे तक इस बारे सानू जी कॉल आ अजे एको ही पता लगा भी यहोजी कोई कॉल आई है, और वह भी कितों आई है किमें आई है असं सारा वो वर्क किया, और जोड़ा इन्हों का जोड़ा इन्हों का तरीका वारदात शायद सानू रैनसम ऐम मिली जाऊगा उदा करी जाऊगा, लोगों इन तो बिल्कुल डरन की लड़ नहीं गई। असी पहली गल तो इन्हों ज़्यादा चिर बहर है खुले घूम नहीं देना, इन्हों जल्दी फड़ लेंगे, पर उन्ना चिर लोग सानू कोऑपरेट कर असी लोगों के नाल बिल्कुल लोगों के नाल असी अगे हो के खड़े हाँ, लोगों के जान माल की राखी लिए मोगा पुलिस पूरी सरगर्म आ, मानयोग सी एम साहब तो भी साढ़े तो पूरा उन्होंने वालों भी सानू पूरी हदायतों ने तुसी किसी भी टाइम किसी भी जो भी बंदा क्रिमिनल वो किसी ने भी किसी के भी पैटर्न एज है यो सानू डी जी साहब के वालों भी यो आदेश आ भी कोई बंदा किसी भी लैवल का कोई भी अप्रोच रखता हू सो एवर इस गिल्टी जिहड़ा भी बंदा क्राइम करता जां क्रिमिनल का साथ दिंदा ओहदे ते स्ट्रिक्ट एक्शन लो एंड वी आर डूइंग इट एंड वी विल कीप ऑन डूइंग इट। सर सुपर शाइन मामले दे विच सर क्लीयर हो पाया कि सुखा लम्मा ही उसका कट लिया जी? वेखो सुखा लम्मा उन्हें आपदी जिम्मेवारी भी ली है, बट जिन्नियां भी उहदियां अज तक सानू लीड्स मिल रही हैं उहदे बिल्कुल इनवॉल्व है। सर लास्ट क्वेश्चन सर, धर्मकोट आज जिहड़ा किडनैपिंग हुई है ते बुटर दे जिहड़े तुसीं ट्रेस आउट कीते आ सर किन्ने दिनों का रिमांड मिले या किस तरह वास्ते तहत मामला दर्ज किया धर्मकोट ते बुटर? इन्हां दी जिहड़ी जिहड़ा जिहड़ा बुटर वाला इन्हां नूं ते धर्मकोट जिहड़े दोवें उन्हां दी अज अरैसट पाईआं, कल असीं क्योंकि 24 घंटे रख सकदे हां ते कल उन्हां दीआं इह सैंपलिंग वगैरह कोविड सैंपलिंग करा के फिर उन्हां नूं अदालत च पेश करांगे ते असीं उन्हां दा मैक्सिमम रिमांड जिहड़ा वा उह हासिल करांगे ताकि अगली पुछगिछ